ਖਿਆਲ ਜੋ ਬਦਲ ਦਿੰਦੇ ਨੇ ਦਿਸ਼ਾਵਾਂ ਅਤੇ ਦਿੰਦੇ ਨੇ ਇੱਕ ਸਾਰਥਕ ਸੋਚ ਨੂੰ ਪ੍ਰਵਾਸ ਹਰ ਪੱਖ ਨੂੰ ਮਿਲਦੀ ਹੈ ਆਵਾਜ਼ ਹੁੰਦਾ ਹੈ ਰੋਸ਼ਨੀ ਦਾ 89.1 ਅਤੇ 93.1 ਰੈਡ ਐਫ ਐਮ ਤੇ ਜੈਸਮੀਨ ਕੌਰ ਲੈ ਕੇ ਹਾਜ਼ਰ ਹੈ CKYE 89.1 and 93.1 Red FM ਸ਼ਾਮਲ ਹੋ ਚੁੱਕੇ ਹੋ ਜੀ ਤੁਸੀਂ ਪ੍ਰੋਗਰਾਮ ਰੋਸ਼ਨੀ ਦੇ ਵਿੱਚ ਜੈਸਮਿਨ ਦੇ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਰੋਸ਼ਨੀ ਪ੍ਰੋਗਰਾਮ ਵਿੱਚ ਬੁੱਧਵਾਰ ਦਾ ਦਿਨ ਹੈ ਅਤੇ ਅਕਤੂਬਰ ਦੀ 28 ਤਾਰੀਖ ਅਤੇ ਅੱਜ ਹੈ ਮਹੀਨੇ ਦਾ ਆਖਰੀ ਬੁੱਧਵਾਰ ਸੋ ਤੁਸੀਂ ਸਮਝ ਗਏ ਹੋਵੋਗੇ ਕਿ ਅੱਜ ਮਹੀਨੇ ਦਾ ਆਖਰੀ ਬੁੱਧਵਾਰ ਹੈ ਤਾਂ ਅੱਜ ਰੋਸ਼ਨੀ ਦੇ ਵਿੱਚ ਕੀ ਹੋਣਾ ਜੀ ਹਾਂ ਅੱਜ ਰੋਸ਼ਨੀ ਦੇ ਵਿੱਚ ਹੋਣਾ ਹੈ ਯਾਦਾਂ ਦਾ ਕਾਫਿਲਾ ਸੈਗਮੈਂਟ ਜਿਹਦੇ ਵਿੱਚ ਅਸੀਂ ਤੁਹਾਡੇ ਲਈ ਹਰ ਵਾਰੀ ਕੋਈ ਨਾ ਕੋਈ ਪੁਰਾਣੀ ਅਤੇ ਮਿੱਠੀ ਜੀ ਯਾਦ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਹਾਡੀਆਂ ਕਾਲਸ ਦਾ ਵੀ ਇੰਤਜ਼ਾਰ ਕਰਦੇ ਹਾਂ ਕਿ ਤੁਸੀਂ ਆਪਣੀ ਜਿਹੜੀ ਯਾਦ ਹੈ ਉਹ ਸਾਡੇ ਨਾਲ ਸਾਂਝੀ ਕਰੋ ਕਿਉਂਕਿ ਇਸ ਯਾਦਾਂ ਦੇ ਕਾਫਲੇ ਸੈਗਮੈਂਟ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਔਰ ਇਸ ਸੈਗਮੈਂਟ ਨੂੰ ਸ਼ੁਰੂ ਕਰਨ ਦਾ ਮਕਸਦ ਵੀ ਇਹੀ ਸੀ ਕਿ ਜਦੋਂ ਅਸੀਂ ਯਾਦਾਂ ਦੀਆਂ ਪੁਰਾਣੀਆਂ ਗਲੀਆਂ ਦੇ ਵਿੱਚ ਜਾ ਕੇ ਆਈਏ ਉੱਥੇ ਗੇੜਾ ਮਾਰ ਕੇ ਆਈਏ ਤਾਂ ਜਿਹੜੀਆਂ ਯਾਦਾਂ ਆਉਂਦੀਆਂ ਨੇ ਨਾ ਉਹ ਚਿਹਰੇ 'ਤੇ ਇੱਕ ਮੁਸਕਰਾਹਟ ਲੈ ਆਉਂਦੀਆਂ ਨੇ ਕਈ ਵਾਰੀ ਅੱਖ ਵੀ ਨਮ ਕਰ ਜਾਂਦੀਆਂ ਨੇ ਸੋ ਅੱਜ ਉਹਨਾਂ ਯਾਦਾਂ ਦੀ ਰਲ ਕੇ ਗੱਲ ਕਰਾਂਗੇ ਕਿਹੜੀ ਯਾਦ ਦੀ ਇਹਦੇ ਲਈ ਉਹਨਾਂ ਦਾ ਨਾਮ ਤੁਹਾਨੂੰ ਪਤਾ ਹੈ ਕਿ ਇੱਕ ਡਰਾਅ ਦੇ ਵਿੱਚ ਸ਼ਾਮਿਲ ਕਰੀ ਜਾਣਾ ਅਤੇ ਨਾਲ ਦੀ ਨਾਲ ਅਖੀਰ ਦੇ ਉੱਤੇ ਪ੍ਰੋਗਰਾਮ ਦੇ ਵਿੱਚ ਇੱਕ ਨਾਮ ਅਸੀਂ ਚੁਣਾਂਗੇ ਅਤੇ ਤੁਸੀਂ $50 ਦਾ ਜਿਹੜਾ ਗਿਫਟ ਕਾਰਡ ਹੈ ਉਹ ਵੀ ਜਿੱਤ ਸਕਦੇ ਹੋ ਸੋ ਕਰਦੇ ਹਾਂ ਜੀ ਸ਼ੁਰੂ ਫਿਰ ਯਾਦਾਂ ਦਾ ਕਾਫਿਲਾ ਸੈਗਮੈਂਟ ਯਾਦਾਂ ਬੁੱਲਾਂ ਤੇ ਮੁਸਕਾਨ ਲੈ ਆਉਂਦੀਆਂ ਨੇ ਯਾਦਾਂ ਦਿਲ ਵਿੱਚ ਤਰੰਗ ਛੇੜ ਜਾਂਦੀਆਂ ਨੇ ਆਓ ਜ਼ਿੰਦਗੀ ਦੀਆਂ ਕੁਝ ਰੰਗੀਨ ਯਾਦਾਂ ਦੀ ਬਾਤ ਪਾਈਏ ਪੇਸ਼ ਹੈ ਯਾਦਾਂ ਦਾ ਕਾਫਲਾ ਸੋ ਆਓ ਜ਼ਿੰਦਗੀ ਦੀਆਂ ਕੁਛ ਰੰਗੀਨ ਯਾਦਾਂ ਦੀ ਬਾਤ ਪਾਈਏ ਅੱਛਾ ਅੱਜ ਜਿਹੜੀ ਰੰਗੀਨ ਯਾਦ ਦੀ ਤੁਹਾਡੇ ਨਾਲ ਗੱਲ ਕਰਨੀ ਹੈ ਉਸ ਤੋਂ ਪਹਿਲਾਂ ਇਹ ਦੱਸਦੇ ਹਾਂ ਕਿ ਫੇਸਬੁੱਕ ਦੇ ਉੱਤੇ ਵੀ ਅਸੀਂ ਲਾਈਵ ਹਾਂ ਇਸ ਵੇਲੇ ਤੁਸੀਂ ਆਪਣੀ ਯਾਦ ਜਿਹੜੀ ਹੈ ਕੋਈ ਤੁਹਾਡੀ ਮੈਮਰੀ ਹੈਗੀ ਹੈ ਉਹ ਮੇਰੇ ਨਾਲ ਫੇਸਬੁੱਕ ਦੇ ਉੱਤੇ ਵੀ ਸ਼ੇਅਰ ਕਰ ਸਕਦੇ ਹੋ ਫੇਸਬੁੱਕ ਦੇ ਉੱਤੇ ਜਾ ਕੇ ਤੁਸੀਂ ਰੈਡ ਐਫ ਐਮ 93.1 'ਤੇ ਜਾ ਕੇ ਉੱਤੇ ਕਮੈਂਟ ਵੀ ਕਰ ਸਕਦੇ ਹੋ ਇਸ ਵੇਲੇ ਇਹ ਪ੍ਰੋਗਰਾਮ ਲਾਈਵ ਜਿਹੜਾ ਹੈ ਤੁਸੀਂ ਦੇਖ ਵੀ ਸਕਦੇ ਹੋ ਅੱਛਾ ਹੁਣ ਗੱਲ ਕਰ ਰਹੇ ਹਾਂ ਕਿਹੜੀ ਯਾਦ ਹੈ ਅੱਜ ਅੱਜ ਯਾਦ ਕਰ ਆਪਾਂ ਕਰਨੀ ਹੈ ਦਿਵਾਲੀ ਦੇ ਤਿਉਹਾਰ ਨੂੰ ਯਾਦ ਕਰਾਂਗੇ ਕਿਉਂਕਿ ਦਿਵਾਲੀ ਆਉਣ ਵਾਲੀ ਹੈ 14 ਨਵੰਬਰ ਦੀ ਦਿਵਾਲੀ ਹੈ ਅਤੇ ਦੁਸਹਿਰਾ ਵੀ ਲੰਘ ਕੇ ਗਿਆ ਸੋ ਮੈਂ ਸੋਚਿਆ ਕਿ ਕਿਉਂ ਨਾ ਦੁਸਹਿਰੇ ਅਤੇ ਦਿਵਾਲੀ ਦੀਆਂ ਯਾਦਾਂ ਨੂੰ ਅੱਜ ਤਾਜ਼ਾ ਕਰ ਲਿਆ ਜਾਏ ਜਦੋਂ ਦਿਵਾਲੀ ਦੀ ਆਪਾਂ ਗੱਲ ਕਰਦੇ ਹਾਂ ਜਿਸ ਮਾਹੌਲ ਦੇ ਵਿੱਚ ਜਿਸ ਦੇਸ਼ ਦੇ ਵਿੱਚ ਅਸੀਂ ਵੱਡੇ ਪਲੇ ਵੱਡੇ ਹੋਏ ਹਾਂ ਪਲੇ ਹਾਂ ਉੱਥੇ ਦਿਵਾਲੀ ਇੱਕ ਬਹੁਤ ਵੱਡਾ ਤਿਉਹਾਰ ਹੁਣ ਵੀ ਹੈ ਸ਼ੁਰੂ ਤੋਂ ਹੀ ਰਿਹਾ ਦੁਸਹਿਰਾ ਦਿਵਾਲੀ ਚਾਹ ਚੜ੍ਹ ਜਾਂਦਾ ਸੀ ਜਦੋਂ ਦੁਸਹਿਰਾ ਅਤੇ ਦਿਵਾਲੀ ਦਾ ਤਿਉਹਾਰ ਆਉਂਦਾ ਸੀਗਾ ਔਰ ਬਹੁਤ ਸਾਰੀਆਂ ਅਣਗਿਣਤ ਯਾਦਾਂ ਸਾਡੀਆਂ ਦਿਵਾਲੀ ਦੇ ਤਿਉਹਾਰ ਦੇ ਨਾਲ ਜੁੜੀਆਂ ਹੋਈਆਂ ਨੇ ਹਾਲਾਂਕਿ ਇੱਥੇ ਵੀ ਅਸੀਂ ਦਿਵਾਲੀ ਮਨਾਉਂਦੇ ਹਾਂ ਪਰ ਜਦੋਂ ਠੰਡ ਹੋ ਜਾਂਦੀ ਹੈ ਇੱਥੇ ਅਸੀਂ ਉਸ ਤਰੀਕੇ ਦੇ ਨਾਲ ਦਿਵਾਲੀ ਨਹੀਂ ਮਨਾ ਸਕਦੇ ਜਿਸ ਤਰੀਕੇ ਦੇ ਨਾਲ ਦਿਵਾਲੀ ਅਸੀਂ ਇੰਡੀਆ ਦੇ ਵਿੱਚ ਮਨਾਉਂਦੇ ਸੀ ਕਿਉਂਕਿ ਇੰਡੀਆ ਜਦੋਂ ਦਿਵਾਲੀ ਦਾ ਤਿਉਹਾਰ ਆਉਂਦਾ ਸੀ ਨਾ ਉਦੋਂ ਕੀ ਹੁੰਦਾ ਸੀ ਗਰਮੀ ਖਤਮ ਹੋ ਜਾਂਦੀ ਸੀ ਅਤੇ ਹਲਕੀ ਹਲਕੀ ਠੰਡ ਪੈਣ ਲੱਗਦੀ ਸੀ ਉਹ ਮੌਸਮ ਵੀ ਬੜਾ ਵਧੀਆ ਹੁੰਦਾ ਸੀ ਅਤੇ ਖਾਸ ਤੌਰ 'ਤੇ ਜਦੋਂ ਦੇਖਦੇ ਹਾਂ ਆਪਾਂ ਉੱਥੇ ਜਿਹੜਾ ਦਿਵਾਲੀ ਦਾ ਤਿਉਹਾਰ ਹੈ ਜਦੋਂ ਸੀਜ਼ਨ ਸ਼ੁਰੂ ਹੁੰਦਾ ਤਿਉਹਾਰਾਂ ਦਾ ਦਿਵਾਲੀ ਦਾ ਤਿਉਹਾਰ ਉੱਥੇ ਸਭ ਤੋਂ ਵੱਡਾ ਤਿਉਹਾਰ ਮੰਨਿਆ ਜਾਂਦਾ ਔਰ ਹਰ ਧਰਮ ਹਰ ਫਿਰਕੇ ਦੇ ਲੋਕ ਹਰ ਉਮਰ ਵਰਗ ਦੇ ਲੋਕ ਦਿਵਾਲੀ ਜਿਹੜੀ ਹੈ ਉਹ ਮਨਾਉਂਦੇ ਨੇ ਜਦੋਂ ਅਸੀਂ ਤੁਸੀਂ ਦਿਵਾਲੀ ਮਨਾਉਂਦੇ ਸੀ ਉਹ ਕਿੱਦਾਂ ਦੀ ਦਿਵਾਲੀ ਹੁੰਦੀ ਸੀ ਅੱਜ ਉਹ ਯਾਦਾਂ ਅਸੀਂ ਰਲ ਕੇ ਸ਼ੇਅਰ ਕਰਾਂਗੇ ਅਤੇ ਮੈਂ ਇੱਕ ਵਾਰੀ ਫਿਰ ਦੱਸ ਦਿਆਂ ਕਿ ਜਿੰਨੇ ਵੀ ਤੁਸੀਂ ਅੱਜ ਮੈਨੂੰ ਕਾਲ ਕਰੋਗੇ ਆਪਣੀ ਯਾਦ ਸਾਡੇ ਨਾਲ ਸਾਂਝੀ ਕਰੋਗੇ ਤੁਹਾਡਾ ਸਾਰਿਆਂ ਦਾ ਜਿਹੜਾ ਨਾਮ ਹੈ ਉਹ ਅਸੀਂ ਇੱਕ ਡਰਾਅ ਦੇ ਵਿੱਚ ਪਾਉਣਾ ਅਤੇ ਤੁਸੀਂ$50 ਦਾ ਗਿਫਟ ਕਾਰਡ ਜਿੱਤ ਸਕਦੇ ਹੋ ਸੋ ਦਿਵਾਲੀ ਦੇ ਨਾਲ ਜੁੜੀਆਂ ਹੋਈਆਂ ਤੁਹਾਡੀਆਂ ਕੋਈ ਵੀ ਯਾਦਾਂ ਨੇ ਫੋਨ ਲਾਈਨਸ ਖੋਲ੍ਹ ਦਿੱਤੀਆਂ ਨੇ 604-591-9311 604-591-9311 ਦੁਸਹਿਰੇ ਅਤੇ ਦਿਵਾਲੀ ਦੀਆਂ ਕਿਹੜੀਆਂ ਕਿਹੜੀਆਂ ਯਾਦਾਂ ਅੱਛਾ ਜੇ ਤੁਸੀਂ ਮੈਨੂੰ ਪੁੱਛੋ ਵੀ ਜੈਸਮਿਨ ਤੇਰੀਆਂ ਕਿਹੜੀਆਂ ਯਾਦਾਂ ਦਿਵਾਲੀ ਦੀਆਂ ਮੈਨੂੰ ਤਾਂ ਲੱਗਦਾ ਵੀ ਨਵੇਂ ਕੱਪੜੇ ਮਿਲਦੇ ਹੁੰਦੇ ਸੀ ਨਵਾਂ ਟੋਆਏ ਜ਼ਰੂਰ ਮਿਲਦਾ ਸੀ ਮੇਰੇ ਕੋਲ ਨਾ ਅਜੇ ਵੀ ਤੁਸੀਂ ਯਕੀਨ ਮੰਨਿਓ 2-3 ਉਹ ਟੋਆਏ ਸਾਂਭੇ ਹੋਏ ਨੇ ਇੰਡੀਆ ਦੇ ਵਿੱਚ ਜਿਹੜੇ ਮੈਂ ਦਿਵਾਲੀ 'ਤੇ ਲਏ ਸੀ ਖਾਸ ਤੌਰ 'ਤੇ ਜਦੋਂ ਬਾਜ਼ਾਰ ਸੱਜ ਜਾਂਦੇ ਸੀ ਕਿੰਨਾ ਮਜ਼ਾ ਆਉਂਦਾ ਸੀ ਜਦੋਂ ਬਾਜ਼ਾਰ ਦੇ ਵਿੱਚ ਗੇੜੀ ਲਾਉਣ ਜਾਂਦੇ ਸੀ ਸਜੇ ਹੋਏ ਬਾਜ਼ਾਰ ਨਵੀਆਂ ਨਵੀਆਂ ਚੀਜ਼ਾਂ ਹਰ ਤਰਫ ਰੌਣਕ ਹੁੰਦੀ ਸੀ ਪਹਿਲਾਂ ਤਾਂ ਉਹ ਮਾਹੌਲ ਹੀ ਬੜਾ ਵੱਖਰਾ ਹੁੰਦਾ ਸੀਗਾ ਗੇੜੀ ਮਾਰਨ ਦਾ ਉਸ ਤੋਂ ਬਾਅਦ ਚੀਜ਼ਾਂ ਖਰੀਦਣੀਆਂ ਮਠਿਆਈਆਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਖਿਡੌਣਿਆਂ ਦੀਆਂ ਦੁਕਾਨਾਂ ਕਿਉਂਕਿ ਉਦੋਂ ਛੋਟੇ ਸੀ ਤਾਂ ਖਿਡੌਣਿਆਂ ਦਾ ਬਹੁਤ ਚਾਅ ਹੁੰਦਾ ਸੀ ਔਰ ਲੋਕ ਨਾ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਆਉਂਦੇ ਸੀ ਦੇਖਦੇ ਹੁੰਦੇ ਸੀ ਕਿ ਖੜ ਖੜ ਕੇ ਪਹਿਲਾਂ ਦੇਖਣੀਆਂ ਫਿਰ ਸੋਚਣਾ ਵੀ ਦਿਵਾਲੀ ਵਾਲੇ ਦਿਨ ਅਸੀਂ ਕਿਹੜੀ ਚੀਜ਼ ਲਵਾਂਗੇ ਇਸੇ ਤਰ੍ਹਾਂ ਜਦੋਂ ਦੁਸਹਿਰੇ ਦੀ ਗੱਲ ਕਰਦੇ ਹਾਂ ਰਾਵਣ ਦੇਖਣ ਜਾਂਦੇ ਸੀ ਕਿੱਥੇ ਮੇਲਾ ਲੱਗਦਾ ਸੋ ਤੁਹਾਡੀਆਂ ਕਿਹੜੀਆਂ ਯਾਦਾਂ ਨੇ ਤੁਸੀਂ ਪ੍ਰੋਗਰਾਮ ਦੇ ਵਿੱਚ ਅੱਜ ਸ਼ਾਮਿਲ ਹੋ ਸਕਦੇ ਹੋ
604-591-9311 ਯਾਦਾਂ ਦੇ ਇਸ ਕਾਫਲੇ 'ਚ ਉਹਨਾਂ ਰੰਗੀਨ ਯਾਦਾਂ ਦੀਆਂ ਗਲੀਆਂ 'ਚ ਅੱਜ ਰਲ ਕੇ ਫੇਰਾ ਪਾਵਾਂਗੇ 604-591-9311 Playing you the latest tunes.